सुनियंदा कैसे मार्ग पावे।
ਕਿਰਪਾ ਕਰੇ ਨਾਨਕ ਤੂੰ ਮਰੀ ਕਿਰਪਾ ਕਰੇ ਦੀਨ ਬੇਨਤੀ ਕਰੇ ਦੀਨ ਬੇਨਤੀ ਕਰੇ ਦੀਨ ਬੇਨਤੀ ਕਰੇ ਦੀਨ ਬੇਨਤੀ ਕਰੇ ਕਰਤਾ ਗੁਰਬਾਣੀ ਦੇ ਇਹ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤੇ ਹਨ। ਵੈਸੇ ਤਾਂ ਇਹ ਪਵਿੱਤਰ ਗੁਰਬਾਣੀ ਜੋ ਸਾਡੇ ਜੀਵਨ ਵਾਸਤੇ ਇੱਕ ਮਾਰਗ ਦਰਸ਼ਨ ਹੈ। ਗੁਰਬਾਣੀ ਦਾ ਕੋਈ ਵੀ ਵਰਡ, ਕੋਈ ਸ਼ਬਦ ਜੇ ਉਹਨੂੰ ਪੜ੍ਹੀਏ, ਜੇ ਉਹਨੂੰ ਸੁਣੀਏ ਤਾਂ
ਅਰਥ ਸਪਸ਼ਟ ਹੁੰਦੇ ਹਨ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੀ ਵੈਰਾਗਮਈ ਬਾਣੀ ਪੜ੍ਹਨ ਦਾ ਇੱਕ ਆਨੰਦ ਹੀ ਵੱਖਰਾ ਹੈ। ਆਪ ਜੀ ਜੁੜੇ ਹੋ, ਸਾਹਿਬਾਂ ਦੇ ਇਹ ਸ਼ਹੀਦੀ ਪੁਰਬ ਮਨਾ ਰਹੇ ਹਾਂ, ਇੱਕ ਵੱਖਰਾ ਹੀ ਆਨੰਦ ਹੈ। ਆਮ ਜਦੋਂ ਅਸੀਂ ਹਰਿਮੰਦਰ ਸਾਹਿਬ ਤੋਂ ਡਿਊਟੀਆਂ ਲੱਗਦੀਆਂ ਹਨ ਅਲੱਗ ਅਲੱਗ ਜਗ੍ਹਾ 'ਤੇ, ਘਰਾਂ ਦੇ ਵਿੱਚ ਜਦੋਂ ਕੋਈ ਮਰਗ ਦਾ ਪ੍ਰੋਗਰਾਮ ਹੋ ਜਾਂਦਾ ਹੈ ਜਾਂ ਕੋਈ ਬਰਸੀ ਦਾ ਸਮਾਗਮ ਹੁੰਦਾ ਹੈ, ਅਕਸਰ ਲੋਕ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜੋ ਸੱਚੀ ਬਾਣੀ ਹੈ, ਗੁਰੇਜ਼ ਕਰਦੇ ਹਨ ਇਹ ਬਾਣੀ ਸੁਣਨ ਤੋਂ, ਕਿਉਂਕਿ ਇਹ ਬਾਣੀ ਇਉਂ ਲੱਗਦਾ ਹੈ ਜਿਵੇਂ ਮਾਰਗ ਦਰਸ਼ਨ ਦੇ ਨਾਲ ਨਾਲ ਸਾਨੂੰ ਸਮਝਾਉਂਦੀ ਹੈ। ਲੋਕ ਨਾ ਥੋੜ੍ਹਾ ਜਿਹਾ ਗੁਰੇਜ਼ ਕਰਦੇ ਹਨ ਕਿ ਬੇਨਤੀ ਦੇ ਸ਼ਬਦ ਪੜ੍ਹੋ, ਬੀਤ ਜਾਹੇ ਜਨਮ ਅਕਾਜ ਰੇ, ਕਿਉਂਕਿ ਇਹਦੇ ਵਿੱਚ ਇੱਕ ਸਮਝਾਉਣਾ ਹੈ ਕਿ ਮਨੁੱਖ ਤੇਰੀ ਇਹ ਜੋ ਆਰਜਾ ਹੈ ਇਹ ਬੀਤਦੀ ਜਾ ਰਹੀ ਹੈ। ਇੱਥੋਂ ਤੱਕ ਗੁਰੇਜ਼ ਕਰਦੇ ਹਨ ਕਿ ਇਹ ਵੀ ਸੁਣਨ ਨੂੰ ਤਿਆਰ ਨਹੀਂ, ਅਸਥਿਰ ਜੋ ਮਾਨਿਓ ਦੇਹੇ ਸੁੱਤ ਤੇਰੀ ਹੋਏ ਹੈ ਖੇ, ਕਿਉਂ ਤੇਰੀ ਸੁਰਤ ਮਾਰੀ ਗਈ ਹੈ। ਹੇ ਜੀਵ, ਇਹ ਜੋ ਔਸਰਤ ਨੂੰ ਪ੍ਰਾਪਤ ਹੋਇਆ ਹੈ, ਤੇਰੀ ਮੱਤ ਜਿਹੜੀ ਹੈ ਇਤਨੀ ਪਲੀਤ ਕਿਉਂ ਹੋ ਗਈ ਹੈ, ਤੂੰ ਪ੍ਰਭੂ ਦੇ ਸਿਮਰਨ ਦੇ ਵਿੱਚ ਨਹੀਂ ਜੁੜਦਾ। ਅਕਸਰ ਜਦੋਂ ਜਾਈਦਾ ਹੈ ਘਰਾਂ ਦੇ ਵਿੱਚ ਪ੍ਰੋਗਰਾਮ ਕਰਨ ਤਾਂ ਕਹਿਣਗੇ ਕਿ ਬੇਨਤੀ ਦੇ ਸ਼ਬਦ ਪੜ੍ਹੋ। ਸਾਡੇ ਪਾਪਾ ਜੀ ਦਾ ਬੇਨਤੀ ਦੇ ਸ਼ਬਦਾਂ ਨਾਲ ਬਹੁਤ ਹੀ ਪਿਆਰ ਸੀ। ਸੋ ਅੱਜ ਦੇ ਇਹ ਸਮਾਗਮ ਆਪਾਂ ਸਾਰੇ ਹੀ ਹਰ ਸਾਲ ਮਨਾਉਂਦੇ ਹਾਂ, ਇਹਦਾ ਇੱਕ ਆਨੰਦ ਹੀ ਵੱਖਰਾ ਹੈ। ਬੀਤ ਜਾਹੇ ਜਨਮ ਅਕਾਜ ਰੇ, ਜਿਹਨੂੰ ਬਾਣੀ ਦੀ ਸਮਝ ਹੈ, ਜੋ ਅਰਥ ਜਾਣਦਾ ਹੈ, ਉਹ ਕਹੇਗਾ ਸਾਨੂੰ ਤਾਂ ਮਜ਼ਾ ਆਉਂਦਾ ਹੈ ਸ਼ਬਦ ਦਾ। ਅਤੇ ਭਾਈ ਸਾਹਿਬ ਜੀ, ਕਿਰਪਾ ਕਰੋ, ਇਹਨੂੰ ਪ੍ਰਮਾਣ ਦੇ ਕੇ ਹੋਰ ਲੰਬਾ ਕਰੋ ਸ਼ਬਦ ਨੂੰ, ਤਾਂ ਕਿ ਅਸੀਂ ਬਾਣੀ ਦੇ ਨਾਲ ਬਹੁਤ ਹੀ ਦੇਰ ਜੁੜੇ ਰਹੀਏ। ਉਹ ਆਨੰਦਮਈ ਇੱਕ ਪ੍ਰੋਗਰਾਮ ਬਣ ਜਾਂਦਾ ਹੈ। ਸੋ ਅੱਜ ਦੇ ਸਮਾਗਮਾਂ ਦੇ ਵਿੱਚ ਆਪ ਜੀ ਨੇ ਉਪਰਾਲਾ ਕੀਤਾ ਹੈ, ਸਮੂਹ ਸੰਗਤਾਂ ਨੇ, ਪ੍ਰਬੰਧਕ ਵੀਰਾਂ ਨੇ, ਨੌਜਵਾਨ ਵੀਰਾਂ ਨੇ, ਆਪ ਜੀ ਨੇ ਸ਼ਬਦ ਸਰਵਣ ਕੀਤਾ। ਕਹਾਂ ਬਿਸਨ ਪਦ ਗਾਵੇ ਗੁੰਗ, ਯਤਨ ਕਰੇ ਤਉ ਪੀ ਸੁਰਪੰਗ। ਇਸ ਤਰ੍ਹਾਂ ਦੀਆਂ ਜੋ ਤਿੰਨ ਚਾਰ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਹਨ ਸਾਨੂੰ, ਉਹ ਗੁਰਬਾਣੀ ਦੇ ਨਾਲ ਸਿੱਧਾ ਜੋੜਦੀਆਂ ਹਨ। ਕਹਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਪੋਰਾ। ਜੇ ਕਿਸੇ ਦੇ ਗਲੇ ਦੇ ਵਿੱਚ ਕੋਈ ਸੁਰ ਨਹੀਂ ਹੈ ਤਾਂ ਉਹ ਵਧੀਆ ਗਾ ਨਹੀਂ ਸਕਦਾ। ਜੇ ਵਧੀਆ ਸੁਰ ਨਹੀਂ ਲੱਗਣਗੇ ਤਾਂ ਉਹ ਚੰਗਾ ਨਹੀਂ ਲੱਗੇਗਾ। ਪਰ ਸਾਹਿਬ ਜੀ ਕਹਿੰਦੇ ਹਨ, ਜੇ ਤੇਰਾ ਹੱਥ ਮੇਰੇ ਸਿਰ 'ਤੇ ਹੋਵੇ, ਜੇ ਤੇਰੀ ਮਹਿਰਮਤ ਹੋ ਜਾਵੇ ਤਾਂ ਮੈਂ ਗੁੰਗਾ ਵੀ ਵਧੀਆ ਗਾ ਸਕਦਾ ਹਾਂ। ਜੇ ਕੋਈ ਪਿੰਗਲਾ ਜਿਹਦੀਆਂ ਲੱਤਾਂ ਬਾਹਾਂ ਨਹੀਂ ਕੰਮ ਕਰਦੀਆਂ, ਉਹ ਪਰਬਤ 'ਤੇ ਚੜ੍ਹ ਨਹੀਂ ਸਕਦਾ। ਪਰ ਜੇ ਸਤਿਗੁਰ 'ਤੇ ਵਿਸ਼ਵਾਸ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਇੱਕ ਆਤਮਕ ਗਿਆਨ, ਇੱਕ ਆਤਮਕ ਵਿਸ਼ਵਾਸ ਹੈ ਸਾਡੇ ਲਈ। ਜੇ ਬਾਣੀ 'ਤੇ ਵਿਸ਼ਵਾਸ ਹੈ ਤਾਂ ਉਹ ਪਿੰਗਲਾ ਜੋ ਹੈ ਉਹ ਮਹਾਰਾਜ ਕਹਿੰਦੇ ਹਨ ਪਰਬਤ 'ਤੇ ਚੜ੍ਹ ਜਾਵੇਗਾ, ਜੇ ਉਹਦੀ ਕਿਰਪਾ ਹੋਵੇ। ਨਾਨਕ ਤੁਮਰੀ ਕਿਰਪਾ ਤਰੇ, ਅਤੇ ਜੇ ਤੇਰੀ ਮਿਹਰ ਹੋ ਜਾਵੇ ਤਾਂ ਭਵ ਸਾਗਰ ਤੋਂ ਵੀ ਪਾਰ ਹੋ ਜਾਈਦਾ ਹੈ। ਸਾਡੀ ਆਪਣੀ ਆਪਣੀ ਇੱਕ ਅਵਸਥਾ ਹੈ, ਅਸੀਂ ਬਾਣੀ 'ਤੇ ਕਿੰਨਾ ਕੁ ਵਿਸ਼ਵਾਸ ਕਰਦੇ ਹਾਂ। ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਸਤਿਗੁਰ ਜੀ ਕਿਰਪਾ ਕਰਨ। ਆਪਾਂ ਰੋਜ਼ ਇਹ ਅਰਦਾਸ ਕਰੀਏ, ਸਾਨੂੰ ਗੁਰਬਾਣੀ ਦੀ ਵਿਚਾਰ ਕਰਨੀ ਆ ਜਾਵੇ। ਜੇ ਵਿਚਾਰ ਕਰਨੀ ਆ ਜਾਵੇ ਤਾਂ ਮਹਾਰਾਜ 'ਤੇ ਭਰੋਸਾ ਹੋਰ ਵੀ ਵੱਧ ਜਾਵੇਗਾ। ਸਵਾਓ ਇੱਕ ਸ਼ਬਦ ਦੀ ਹਾਜ਼ਰੀ ਹੋਰ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਸ ਤੋਂ ਉਪਰੰਤ ਸਮਾਪਤੀ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾਂ ਪ੍ਰਵਾਨ ਕਰਨ ਜੀ। ਆਪ ਸਮੂਹ ਸੰਗਤਾਂ ਦੇ ਧੰਨਵਾਦੀ ਹਾਂ, ਪ੍ਰਬੰਧਕ ਵੀਰਾਂ ਦੇ, ਜਿਨ੍ਹਾਂ ਨੇ ਪਾਤਸ਼ਾਹ ਦਾ ਪੁਰਬ ਮਨਾਉਂਦੇ ਹੋਏ ਸ਼੍ਰੀ ਹਰਿਮੰਦਰ ਸਾਹਿਬ ਤੋਂ ਬੁਲਾ ਕੇ ਇਸ ਕੀਰਤਨ ਦੀ ਹਾਜ਼ਰੀ ਦੇ ਯੋਗ ਸਮਝਿਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਦਾਸਰਿਆਂ ਲਈ ਵੀ ਅਰਦਾਸ ਕਰਨੀ ਜੋ ਉਸ ਵੱਡੇ ਦਰਬਾਰ ਤੋਂ
ਇਹ ਕੀਰਤਨ ਪ੍ਰਚਾਰ ਦੀ ਸੇਵਾ ਲੱਗੀ ਹੈ। ਸਤਿਗੁਰੂ ਜੀ ਮਿਹਰਮਤ ਕਰਨ, ਆਪਣਾ ਮਿਹਰ ਆਪਣੇ ਸਿਰ 'ਤੇ ਹੱਥ ਰੱਖ ਕੇ ਇਹ ਸੇਵਾ ਇਸੇ ਤਰ੍ਹਾਂ ਹੀ ਲੈਂਦੇ ਰਹਿਣ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਕੀਨੀ ਕਿਰਪਾ ਹਰ ਨਾਮ ਦਿਓ। ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ ਕਰਨ ਜੀ। ਕਲਯੁੱਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਲਾਈ ਰੱਖ।